ਮਿਨੀ ਸੁਖਣਾ ਲੇਗਾ ਆਪਣੇ ਤਰਨਤਾਰਨ ਇਲਾਕੇ ਦੇ ਵਿੱਚ ਆਪਾਂ ਹੀ ਬੈਠੇ ਸਮਾਧੀ ਲਾ ਕੇ ਸਾਥੀ ਆਪਣਾ ਆ ਜੱਬ ਜਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਹੈ ਸਾਰੇ ਵਧੀਆ ਹੋਗੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਅੱਜ ਤੁਹਾਨੂੰ ਘੁਮਾਉਣ ਫਰਾਉਣ ਲੈ ਆਏ ਆਪਾਂ ਇੱਕ ਪਿਕਨਿਕ ਸਪੋਟ ਤਰਨ ਤਾਰਨ ਦੇ ਵਿੱਚ ਬਹੁਤ ਵਧੀਆ ਜਗ੍ਹਾ ਆ ਤੁਸੀਂ ਵੇਖ ਕੇ ਬਹੁਤ ਲਓਗੇ ਨਜ਼ਾਰੇ ਲਓ ਆਨੰਦ ਫੀਲ ਕਰੋਗੇ ਇਹ ਆਪਣਾ ਜਿਹੜੇ ਆਪਾਂ ਨੇ ਵੀਰ ਮੇਰੇ ਦੂਰ ਤੇ ਨਹੀਂ ਜਾ ਸਕਦੇ ਆਪਣੇ ਤਰਨ ਤਾਰਨ ਏਰੀਏ ਦੇ ਆਪਣੇ ਲਾਗੇ ਹਰੀਕੇ ਪੱਤਣ ਜਿਹੜਾ ਕਿ ਬਹੁਤ ਵਧੀਆ ਜਗ੍ਹਾ ਬਣੀ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਂਦੇ ਹਾਂ ਹਰ ਵੀਕਐਂਡ ਤੇ ਇੱਥੇ ਇੱਦਾਂ ਮੇਲਾ ਜਿਵੇਂ ਲੱਗਾ ਹੋਣਾ ਮੇਲਾ ਲੱਗਾ ਹੁੰਦਾ ਆ ਤੇ ਬੜੇ ਦੂਰੋਂ ਦੂਰੋਂ ਲੋਕ ਆਉਂਦੇ ਆ ਹੁਣ ਕੋਈ ਵੀ ਸਾਨੂੰ ਮਿਲੇ ਕੋਈ ਲੁਧਿਆਣੇ ਤੋਂ ਆਏ ਕੋਈ ਮਖੂਦ ਚੱਲ ਨੇੜੇ ਹੀ ਆ ਕੋਈ ਮੋਗੇ ਤੋਂ ਆਏ ਹੀ ਬਹੁਤ ਵਧੀਆ ਹੈ ਨਾ ਪਿਕਨਿਕ ਪਲੇਸ ਹੈ ਆਪਣੀ ਸੀਕਰੇਟ ਪਿਕਨਿਕ ਪਲੇਸ ਆਪਣੇ ਤਰਨ ਤਾਰਨ ਦੇ ਵਿੱਚ ਫੈਮਿਲੀ ਦੇ ਨਾਲ ਆ ਸਕਦੇ ਜੇ ਜਿੱਦਾਂ ਮਰਜ਼ੀ ਆਓ ਇੰਜੋਏ ਕਰੋ ਤੇ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਦਿਖਾਉਂਦੇ ਆ ਸਾਰਾ ਕੁਝ ਕਿੱਦਾਂ ਹੈ ਨਾ ਸਾਰੀਆਂ ਫੈਮਿਲੀਆਂ ਆਈਆਂ ਆ ਬੋਟਿੰਗ ਦਾ ਨਜ਼ਾਰਾ ਜਿਵੇਂ ਲੇਕ ਸੁਖਣਾ ਲੇਕ ਤੇ ਮਿਨੀ ਸੁਖਣਾ ਲੇਕ ਆਪਣੇ ਤਰਨ ਤਾਰਨ ਇਲਾਕੇ ਦੇ ਵਿੱਚ ਤੇ ਤੁਸੀਂ ਇੱਥੋਂ ਦਾ ਹਰਿਆਲੀ ਵੀ ਵੇਖ ਕੇ ਤੁਹਾਡਾ ਖੁਸ਼ ਹੋ ਜਾਓਗੇ ਕਈ ਨਜ਼ਾਰਾ ਖੁਸ਼ ਹੋ ਜਾਓਗੀ ਜੰਗਲੀ ਜੰਗਲੀ ਕਿਹਨੇ ਸੇ ਫੀਲਿੰਗ ਜਾਂ ਜੰਗਲ 'ਚ ਜਿਵੇਂ ਜੰਗਲ ਦੀ ਫੀਲਿੰਗ ਜਿਵੇਂ ਜੰਗਲ ਦੀ ਫੀਲਿੰਗ ਮੰਕ ਵੀ ਮਿਲਣਗੇ ਗਜਬ ਬੇਇੱਜ਼ਤੀ ਹੈ ਆਹ ਰਸਤਾ ਆ ਜੀ ਪਾਰਕ ਵੱਲ ਨੂੰ ਜਾਣ ਦਾ ਅਤੇ ਇਹ ਆ ਹਰੀਕੇ ਹੈੱਡ ਜੋ ਆਪਾਂ ਤਰਨ ਤਾਰਨ ਤੋਂ ਮਖੂ ਰੋਡ 'ਤੇ ਜਾਂਦੇ ਹਾਂ ਅਤੇ ਹਰੀਕੇ ਤੋਂ ਦਰਿਆ ਦੇ ਨਾਲ ਹੀ ਆਹ ਰੋਡ ਮੁੜਦੀ ਆ ਇਹ ਆ ਗਿਆ ਨਾਨਕਸਰ ਗੁਰਦੁਆਰਾ ਇਹ ਗੁਰਦੁਆਰੇ ਦੇ ਰਾਈਟ ਸਾਈਡ ਬਿਲਕੁਲ ਨਾਲ ਸੜਕ ਜਾਂਦੀ ਆ ਉਹ ਸਿੱਧੀ ਆ ਇੱਕੋ ਹੀ ਰਸਤਾ ਆ ਇਹ ਸਿੱਧਾ ਉਸੇ ਪਿਕਨਿਕ ਸਪੋਟ 'ਤੇ ਜਾਂਦਾ ਆਹ ਰਸਤਾ ਜਾਂਦਾ ਆ ਪਿਕਨਿਕ ਸਪੋਟ ਵੱਲ ਨੂੰ ਉੱਧਰ ਨੂੰ ਦਰਿਆ ਵੱਲ ਨੂੰ ਜਿੱਥੇ ਕਿ ਸਾਰਾ ਕੋਈ ਹੈ ਨਾ ਬਣਿਆ ਤੁਹਾਨੂੰ ਵਿਖਾਵਾਂਗੇ ਵੀਡੀਓ ਦੇ ਵਿੱਚ ਅਤੇ ਇਹ ਤੋਂ ਅੱਗੇ ਗੱਡੀ ਨਹੀਂ ਜਾਂਦੀ ਕੋਈ ਮੋਟਰਸਾਈਕਲ ਨਹੀਂ ਜਾਂਦਾ ਆਪਾਂ ਨੂੰ ਗੱਡੀ ਅਤੇ ਮੋਟਰਸਾਈਕਲ ਕਾਰ ਪਾਰਕਿੰਗ ਇੱਥੇ ਮਿਲਦੀ ਆ ਇੱਥੇ ਆਪਾਂ ਗੱਡੀ ਪਾਰਕ ਕਰ ਸਕਦੇ ਹਾਂ ਅਤੇ ਆਪਣੇ ਸੱਜਣ ਮਿੱਤਰ ਤਿਆਰੀਆਂ 'ਚ ਅਤੇ ਆਹ ਹੋਇਆ ਉਹ ਗੁਰਦੁਆਰਾ ਸਾਹਿਬ ਜਿੱਥੋਂ ਕਿ ਆਪਾਂ ਮੁੜ ਕੇ ਆਉਣਾ ਹੁੰਦਾ ਆ ਆਹ ਉਹ ਆਹ ਰੋਡ ਹੁੰਦਾ ਆ ਇਹ ਇੱਥੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਅਤੇ ਇੱਥੋਂ ਆਪਾਂ ਨੂੰ ਮਿਲਦੀ ਆ ਟਿਕਟ ਜੋ ਕਿ ਟਿਕਟ ਆਪਾਂ ਕਰਾ ਲਈ ਆ ਅਤੇ ਟਿਕਟ ਵੈਸੇ ਤਾਂ ਬਿਲਕੁਲ ਫਰੀ ਆ ਆਪਣਾ ਆਧਾਰ ਕਾਰਡ ਜਾਂ ਕੋਈ ਵੀ ਪਰੂਫ ਆਪਣਾ ਦੇ ਕੇ ਅਤੇ ਆਪਾਂ ਇੱਥੋਂ ਟਿਕਟ ਲੈ ਸਕਦੇ ਹਾਂ ਕਿੰਨੇ ਪਰਸਨ ਆ ਆਪਾਂ ਉਹ ਸਾਰਾ ਕੁਝ ਇੱਥੇ ਨਾ ਇਹਨਾਂ ਨੂੰ ਲਿਖਾ ਸਕਦੇ ਹਾਂ ਆਹ ਦੇਖੋ ਕਿੱਡਾ ਸੋਹਣਾ ਵਿਊ ਆ ਰਿਹਾ ਬਹੁਤ ਵਧੀਆ ਜੇ ਤੁਸੀਂ ਦੇਖ ਸਕਦੇ ਅਤੇ ਦੇਖੋ ਕਿੰਨੇ ਪੰਛੀ ਇੱਥੇ ਬੈਠੇ ਆ ਜਿਹੜੇ ਕਿ ਸ਼ਾਇਦ ਕੈਮਰੇ ਦੇ ਵਿੱਚ ਤਾਂ ਨਾ ਆਉਂਦੇ ਹੁਣ ਬਟ ਵੈਸੇ ਵੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਵਿਊ ਬਹੁਤ ਸੋਹਣਾ ਇੱਥੇ ਤੁਸੀਂ ਦੇਖ ਸਕਦੇ ਕਾਫੀ ਫੈਮਿਲੀਜ਼ ਵੇਖਣ ਆ ਰਹੀਆਂ ਇਹ ਪਿਕਨਿਕ ਸਪੋਟ ਤਾਂ ਉਹ ਆਪਣੇ ਨਾਲ ਦੇ ਕੁਝ ਵਲੌਗ ਬਣਾਉਂਦੇ ਅਤੇ ਕੁਝ ਫੋਟੋਆਂ ਵਗੈਰਾ ਆਹ ਰਸਤਾ ਜਾਂਦਾ ਆ ਆਪਾਂ ਨੂੰ ਉੱਥੇ ਜਾਣ ਨੂੰ ਵੈਸੇ ਤਾਂ ਇਹਨਾਂ ਤੋਂ ਸਾਈਕਲ ਵੀ ਹੈਗੇ ਆ ਜੋ ਕਿ ਮਿਲ ਜਾਂਦੇ ਹੁੰਦੇ ਅਤੇ ਬਟ ਇਹਨਾਂ ਨੇ ਦੱਸਣ ਮੁਤਾਬਕ ਭਾਈ ਦੇ ਜਿਹਨਾਂ ਨੇ ਟਿਕਟ ਦਿੱਤੀ ਉਹ ਕਹਿੰਦੇ ਕਿ ਲੋਕ ਹੈ ਨਾ ਸਾਈਕਲਾਂ 'ਚ ਸਾਂਭ ਸੰਭਾਲ ਨਹੀਂ ਕਰਦੇ ਅਤੇ ਤੋੜ ਭੰਨ ਗਏ ਅਤੇ ਸਾਈਕਲ ਹੈਗੇ ਤਾਂ ਇਹੀ ਕੋਈ ਪੈਂਚਰ ਪਿਆ ਅਤੇ ਕਿਸੇ ਦੀ ਚੈਨ ਲੱਥੀ ਸੀ ਕੋਈ ਨਾ ਕੁਝ ਆਹ ਰਸਤਾ ਜਾਂਦਾ ਆਪਾਂ ਨੇ ਉੱਥੇ ਪਿਕਨਿਕ ਸਪੋਟ ਤੱਕ ਪਹੁੰਚਣ ਲਈ ਅਤੇ ਈ ਰਿਕਸ਼ਾ ਚੱਲਦਾ ਆ ਅਤੇ ਈ ਰਿਕਸ਼ੇ ਦਾ ਵੇਟ ਕਰਦੇ ਹਾਂ ਜੇ ਈ ਰਿਕਸ਼ਾ ਹੁੰਦਾ ਤਾਂ ਠੀਕ ਆ ਆਪਾਂ ਵੈਸੇ ਰਸਤੇ ਤੱਕ ਤੁਰੇ ਜਾਂਦੇ ਹਾਂ ਅਤੇ ਜਿੱਥੋਂ ਰਸਤੇ ਮਿਲ ਪਿਆ ਆਪਾਂ ਨੂੰ ਈ ਰਿਕਸ਼ਾ ਤਾਂ ਉੱਥੋਂ ਆਪਾਂ ਚਲੇ ਜਾਵਾਂਗੇ ਉੱਥੋਂ ਪਿਕਨਿਕ ਸਪੋਟ ਤੱਕ ਭਾਈ ਇਹੋ ਜਿਹੀ ਜਗ੍ਹਾ 'ਚ ਨਾ ਜ਼ਰੂਰ ਆਇਆ ਕਰੋ ਜਦੋਂ ਕਿਤੇ ਟਾਈਮ ਲੱਗਦਾ ਨਾ ਕਿਤੇ ਮਹੀਨੇ ਦੋ ਮਹੀਨਾ ਪਿੱਛੋਂ ਛਿਆ ਮਹੀਨਾ ਪਿੱਛੋਂ ਜਦੋਂ ਕਿਸੇ ਨਹੀਂ ਆ ਸਕਦੇ ਜੇ ਤਾਂ ਇਹੋ ਜਿਹੀਆਂ ਜਗ੍ਹਾ 'ਤੇ ਜ਼ਰੂਰ ਆਓ ਬਹੁਤ ਸਕੂਨ ਮਿਲਦਾ ਤੁਸੀਂ ਜੇ ਸੁਣ ਸਕਦੇ ਹੋ ਮਾਈਕ ਦੇ ਵਿੱਚ ਪੰਛੀਆਂ ਦੀਆਂ ਬਹੁਤ ਸੋਹਣੀਆਂ ਆਵਾਜ਼ਾਂ ਆ ਰਹੀਆਂ ਆ ਕਈ ਤਰ੍ਹਾਂ ਦੇ ਪੰਛੀ ਇੱਥੇ ਆਹ ਵੇਖੋ ਕਿੰਨੀਆਂ ਸੋਹਣੀਆਂ ਪੰਛੀ ਦੀਆਂ ਆਵਾਜ਼ਾਂ ਆ ਰਹੀਆਂ ਇਹੋ ਜਿਹੀ ਜਗ੍ਹਾ ਜਿੰਨਾ ਸਕੂਨ ਬਹੁਤ ਜ਼ਿਆਦਾ ਇੰਨੀ ਵੇਖੋ ਜੀ ਆ ਕੇ ਹਰਿਆਲੀ ਇੱਥੇ ਅਤੇ ਅਸੀਂ ਗੱਲਾਂ ਕਰਨ ਦਾ ਹਾਂ ਵੀ ਉਹ ਜਿਹੜੇ ਸਾਈਕਲ ਖਰਾਬ ਆ ਜੇ ਸਾਨੂੰ ਸਾਈਕਲ ਮਿਲ ਜਾਂਦੇ ਅਤੇ ਮੈਂ ਕਹਿੰਦਾ ਜੰਗਲ 'ਚ ਮੰਗਣ ਜਾਣਾ ਸੀ ਬੜਾ ਬੜਾ ਮਜ਼ਾ ਆਉਣਾ ਸੀ ਅਤੇ ਅਸੀਂ ਗੱਲਾਂ ਕਰਦੇ ਆਪਾਂ ਰੇਸਾਂ ਲਾਉਂਦੇ ਜਾਣਾ ਸੀ ਪਰ ਇਹ ਵੀ ਚੀਜ਼ਾਂ ਵਧੀਆ ਆ ਉੱਦਾਂ ਅਸੀਂ ਇਹੋ ਜਿਹੀ ਜਗ੍ਹਾ 'ਤੇ ਸ਼ਾਇਦ ਨਾ ਰੁਕਦੇ ਤਾਂ ਦੇਖੋ ਹੁਣ ਵੇਖੋ ਕਿੰਨੀ ਸੋਹਣੀ ਖੂਬਸੂਰਤ ਹਰਿਆਲੀ ਹਰਿਆਲੀ ਅਤੇ ਆਪਣਾ ਵੀਰ ਸਿਨੇਮੈਟਿਕ ਸ਼ਾਟ ਲੈ ਰਿਹਾ ਸੰਗਰਾਮ ਪੰਨੂ ਵਾਹ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਕਿੰਨੀਆਂ ਕਿੰਨਾ ਹੈ ਨਾ ਮਜ਼ਾ ਆਉਂਦਿਆ ਇਹ ਅਜੇ ਅਸੀਂ ਤੁਰੇ ਹੀ ਹਾਂ ਹੈ ਨਾ ਵਾਹ ਕਿਹੜਾ ਕਿੰਨਾ ਕੁ ਤੁਰੇ ਹੋਣੇ ਆਪਾਂ ਦੋ ਤਿੰਨ ਕਿੱਲੇ ਦੋ ਕਿੱਲਾ ਕਿੱਲਾ ਕੀ ਮਹਾਂ ਤੁਰੇ ਜੀ
ਤੇ ਸਾਡਾ ਵੀਰ ਰਵੀ ਜੀ ਸਾਹ ਫੁੱਲ ਗਿਆ ਵਾ ਤੇ ਕਹਿ ਰਹੇ ਜੀ ਬੈਠਣ ਨੂੰ ਜਗ੍ਹਾ ਹੈਗੀ ਇਹਨੂੰ ਬਾਹਰ ਨਹੀਂ ਸੀ ਇੱਥੇ ਬੈਠ ਜੀ ਆਪਾਂ ਰੈਸਟ ਕਰੀਏ ਥੋੜਾ ਚਿਰ ਵੇ ਜਿਹੜੇ ਸਾਹ ਹੁਣ ਕੈਮਰਾ ਫੜਿਆ ਬਾਹਰ ਨੂੰ ਕੜਾ ਲੱਗੜੂ ਲੈਣਾ ਪਾਣੀ ਮੇਰਾ ਵੀਰ ਆ ਜਾ ਮੇਰਾ ਵੀਰ ਮੇਰੇ ਤੋਂ ਕਿਹੜਾ ਫੋਟੋ ਪੂਰੀ ਹੋਣੀ ਆ ਕਦੀ ਅੱਧੀ ਹੋਣੀ ਕਦੀ ਤੁੱਤੀ ਹੋਣੀ ਆਹ ਇਹ ਤਾਂ ਕੱਟਣੇ ਪੈਣੇ ਇੱਥੇ ਬੈਠ ਬਾਪੂ ਇੱਥੇ ਓਏ ਇੱਥੇ ਖੜੀ ਕੀ ਹੋਇਆ ਇੱਥੇ जंगल दे विचो विच जांदी पगडंडी विच जा के तुसी नजारा लै सकदे बह सकदे शांत माहौल दा वातावरण दा हां क्योंकि जंगल विच रुख ते पंछी वगैरह पंछी जानवर भी छोटे मोटे होणगे ना हां जी रवि जी ਬੱਲਾ ਇੱਧਰ ਆ ਗਏ ਤੇ ਬੜੇ ਨਜ਼ਾਰੇ ਆਉਂਦੇ ਆ ਮੁੰਡੇ ਆਪਣੇ ਨਾਲ ਬੜੇ ਸੀ ਆ ਵੀ ਕਿੱਥੇ ਪਹੁੰਚ ਗਏ ਆਪਾਂ ਸਿਰਫ ਵੀਡੀਓ ਚੱਕਰ ਤੇ ਕਿੰਨਾ ਪਿੱਛੇ ਰਹਿ ਗਏ ਉਹਨਾਂ ਦਾ ਆ ਚੱਲੀਏ ਤੇ ਓਏ ਯਾਰ ਆਪਾਂ ਵੀਡੀਓ ਚੱਕਰ 'ਚ ਨਹੀਂ ਆਪਾਂ ਜੋ ਕੋਈ ਆਪਾਂ ਆਪ ਵੇਖਦੇ ਆ ਉਹ ਆਪਾਂ ਲੋਕਾਂ ਨੂੰ ਦਿਖਾਉਣਾ ਜਿਹੜੇ ਆਪਣੇ ਨਾਲ ਸਬਸਕ੍ਰਾਈਬਰ ਆਪਣੇ ਜੁੜੇ ਆ ਇਹਦੇ ਤੇ ਚੜੀਏ ਭਲਾ ਕੀ ਨਜ਼ਾਰਾ ਆਉਂਦਾ ਉੱਤੇ ਫੜ ਜਾ ਓਏ ਆ ਹਾ ਹਾ ਕੀ ਬਾਤ ਹੈ ਕਿੰਨਾ ਸੋਹਣਾ ਨਜ਼ਾਰਾ ਨਹੀਂ ਵੇਖਣਾ ਜੀ ਕਿੰਨੇ ਸੋਹਣੇ ਪੰਛੀ ਆ ਵੇਖ ਲਓ ਤੁਹਾਡੇ ਕਰਕੇ ਇੰਨੀ ਉਚਾਈ 'ਤੇ ਆ ਗਏ ਆਪਾਂ ਕਿੰਨੀਆਂ ਪੌੜੀਆਂ ਚੜ੍ਹ ਕੇ ਅਤੇ ਸਾਹ ਆਪਣਾ ਫੁੱਲ ਗਿਆ ਸੀ ਹਾਂ ਮੇਰੇ ਨਾਲ ਦੇ ਸਾਥੀ ਆਵਾਜ਼ਾਂ ਲਗਾ ਰਹੇ ਕਿ ਕਹਿੰਦੇ ਜਲਦੀ ਆ ਕਿਉਂਕਿ ਧੁੱਪ ਜ਼ਿਆਦਾ ਹੁੰਦੀ ਜਾਂਦੀ ਆ ਫਿਰ ਜਦੋਂ ਆਪਾਂ ਬੋਟਿੰਗ ਕਰਨੀ ਆ ਅਤੇ ਇਹ ਨਾ ਹੋਵੇ ਜ਼ਿਆਦਾ ਧੁੱਪ ਦੇ ਵਿੱਚ ਬੋਟਿੰਗ ਨਾ ਹੋਵੇ ਅਤੇ ਸੋ ਇਸ ਲਈ ਉਹ ਯਾਰ ਕਾਫੀ ਜਲਦੀ ਜਲਦੀ ਤੇ ਆਹ ਵੀਰ ਤਾਂ ਆਪਣਾ ਦੇਗਾ ਧੋਖਾ ਅੱਗੇ ਹੀ ਥੱਕੇ ਟੁੱਟੇ ਅੱਗੇ ਮੈਨੂੰ ਗਧੇੜੇ ਚੜਾ ਲਓ ਓਏ ਥੱਕੇ ਟੁੱਟੇ ਜਾਂਦਾ ਹੈ ਹਾਂ ਦੇਖੋ ਮੈਂ ਆ ਰਵੀ ਦੇ ਗਧੇੜੇ ਚੜਾਉਣ ਇਹਦੇ ਚ ਕਰਨ ਲੱਗਾ ਚੱਲੋ 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 ਚੱਲ ਜਾ ਮੇਰਾ ਵੀਰ ਵੀਡੀਓ ਬਹੁਤ ਯਾਰ ਵਧੀਆ ਬਣਦੀ ਸਾਫ ਨੇਚਰ ਕਿੰਨਾ ਨਾ ਸਾਫ ਹੈ ਤੇ ਦੇਖੋ ਅੱਛਾ ਆਪਾਂ ਰੀਲ ਬਣਾਉਣ ਨਹੀਂ ਆਏ ਆਪਾਂ ਦਰਸ਼ਕਾਂ ਨੂੰ ਆਹ ਵਿਖਾਉਣ ਆਏ ਹਾਂ ਇੱਥੋਂ ਵੇਖੋ ਯਾਰ ਸੱਚੀ ਯਾਰ ਕਿਤੇ ਆਓਗੇ ਨਾ ਤੁਹਾਨੂੰ ਫਿਰ ਪਤਾ ਲੱਗਣਾ ਬਹੁਤ ਸੋਹਣਾ ਵੈਦਰ ਬਹੁਤ ਸੋਹਣਾ ਨੇਚਰ ਬਾਹਰ ਜਾਣ ਦੀ ਲੋੜ ਹੀ ਨਹੀਂ ਕਿਤੇ ਉਧਰ ਉਹ ਰੁੱਖ ਥੱਲੇ ਰਹਿ ਲਈ ਹਾਂ ਓਏ ਨਹੀਂ ਸਹੀ ਗੱਲ ਆ ਜਦੋਂ ਆਪਾਂ ਫਿਲਮਾਂ 'ਚ ਵੇਖਦੇ ਹਾਂ ਨਾ ਜੰਗਲਾਂ ਜਾਣਾ ਆਪਾਂ ਟਰੈਕਿੰਗ ਕਰਦੇ ਨੇ ਤੁਰੇ ਫਿਰਦੇ ਹੁੰਦੇ ਹਾਂ ਜਾਂ ਡਿਸਕਵਰੀ 'ਤੇ ਆਪਾਂ ਵੇਖਦੇ ਹਾਂ ਅਤੇ ਉਹ ਸੇਮ ਫੀਲਿੰਗ ਆ ਵੇਖੋ ਪਿੱਛੇ ਨੂੰ ਵੀ ਅਤੇ ਇੱਧਰ ਅੱਗੇ ਨੂੰ ਵੀ ਸਾਥੀ ਆਪਣਾ ਦੋਸਤ ਹੈਲੋ ਸਾਡਾ ਸਾਰਿਆਂ ਦਾ ਦੋਸਤੀ ਆ ਇਹ ਚੀਜ਼ਾਂ ਨਾਲ ਪਿਆਰ ਕਰਿਆ ਕਰੋ ਇਹਨਾਂ ਨੂੰ ਮਾਰਿਆ ਨਾ ਕਰੋ ਜਵਾਨ ਕੱਢ ਲਈ ਬਾਹਰ ਨਾ ਨਾ ਉਹ ਅੱਗੇ ਆ ਜਵਾਨ ਤੇ ਨੀ ਨਿਕਲੀ ਬਾਹਰ ਇਹਨੂੰ ਬਿਲਕੁਲ ਨਾਰਮਲ ਆ ਮੇਰੇ ਤੋਂ ਚੈੱਕ ਕਰਾ ਲਓ ਘੜੀਸਾ ਕਰਕੇ ਲੈ ਕੇ ਚੱਲੀਏ ਨਾ ਇੱਦਾਂ ਨਹੀਂ ਜਾਣਾ ਵਧੀਆ ਇੰਜੋਇਮੈਂਟ ਹੋਣ ਦਿਆ ਆਹ ਵੀਰ ਨਾਲ ਮਿਲ ਪਏ ਆਪਣੇ ਮੋਗੇ ਤੋਂ ਕੀ ਨਾਮ ਵੀਰ ਆਪਣਾ ਘਰੋਂ ਵੀਰ ਮੋਗੇ ਦਾ ਕਹਿ ਕੇ ਆਇਆ ਤੇ ਹੁਣ ਇੱਥੇ ਨਾ ਫਿਰਦਾ ਹਰੀ ਕੇ ਹਾਂ ਮੋਗੇ ਮਿਲੇ ਆ ਇੱਦਾਂ ਵਧੀਆ ਟਾਈਮ ਪਾਸ ਹੋ ਜਾਂਦਾ ਹੁਣ ਆਪਾਂ ਪਹੁੰਚਣੀ ਵਾਲੇ ਹਾਂ ਥੋੜ੍ਹਾ ਰਸਤਾ ਰਹਿ ਗਿਆ ਲੈ ਵੀਰੇ ਉਹ ਵੇਖ ਲਓ ਆ ਗਏ ਪਹੁੰਚ ਗਏ ਆਪਾਂ ਡਿੱਗਦੇ ਡੁੱਗਦੇ ਪਹੁੰਚ ਹੀ ਗਏ ਆਪਾਂ ਪਿਕਨਿਕ ਸਪੋਟ ਤੇ ਨਹੀਂ ਵੀਰੇ ਉਹਦੇ ਤਾਰ ਪਈ ਆ ਇੱਥੇ ਚੱਲੀ ਸੀ ਉਹ ਜਿਹੜੀ ਆਪਣਾ ਇੱਥੇ ਚਲਾਈ ਸੀ ਬਾਦਲ ਸਾਹਿਬ ਨੇ ਜਿਹੜੀ ਬੱਸ ਚਲਾਈ ਸੀ ਜਿਹੜਾ ਕਿ ਜਦ ਸਾਰੇ ਵੈਸੇ ਤੇ ਰੋਡ ਪਾਤਾ ਸੀ ਪਿੰਡਾਂ ਨੂੰ ਲਾਗੇ ਬੰਨੇ ਤੇ ਬਹੁਤ ਵਧੀਆ ਖੂਬਸੂਰਤ ਨਜ਼ਾਰਾ ਵੇਖੋ ਕਿਵੇਂ ਬੇੜੀਆਂ 'ਚ ਝੂਟੇ ਲੈਂਦੇ ਲੋਕੀ ਵਧੀਆ ਹੈ ਨਾ ਨਜ਼ਾਰੇ ਦਾ ਆਪਾਂ ਵੀ ਲਵਾਂਗੇ ਡਾਕਟਰ ਸਾਹਿਬ ਆਉਂਦੇ ਆਉਂਦੇ ਪਾਣੀ ਡਾਇਆ ਪਾਣੀ ਡਾਇਆ ਇਹਨਾਂ ਨੂੰ ਖੁੱਲ੍ਹਾ ਸਾਰਾ ਪਹਿਲਾਂ ਮੈਂ ਆਪਣੇ ਵੱਡੇ ਭਰਾ ਨੂੰ ਡਾਇਆ ਬਾਅਦ 'ਚ ਭਰਾ ਨੇ ਮੈਨੂੰ ਡਾਇਆ ਇਹ ਹੀ ਕਰਨੇ ਆ ਵੇਖੋ ਬਾਈ ਹੈ ਨਾ ਯਾਰ ਉਹਨਾਂ ਨੂੰ ਕਿੰਨਾ ਵਧੀਆ ਮਾਹੌਲ ਚਾਲ
ਤੇ ਜੇ ਆਪਾਂ ਇੱਧਰ ਦੀ ਆਉਨੇ ਇਹ ਰਸਤਾ ਆਪਾਂ ਨੂੰ ਪਾਣੀ ਕਿੱਥੋਂ ਹੁੰਦਾ ਇੱਧਰ ਦੀ ਆਪਾਂ ਗੱਡੀਆਂ ਦੇ ਆ ਸਕਦੇ ਆ ਬਟ ਗੱਡੀ ਉੱਥੇ ਖੜੀ ਕਰਨੀ ਪਊਗੀ ਇਹਨਾਂ ਦੇ ਪਿੱਛੇ ਕਰਾਤੀਆਂ ਗੱਡੀਆਂ ਤੇ ਇੱਥੇ ਫੈਮਿਲੀ ਵਗੈਰਾ ਵੀ ਅੱਜ ਸੰਡੇ ਕਰਕੇ ਬਹੁਤ ਆਈਆਂ ਪਿਕਨਿਕ ਮਨਾ ਰਹੇ ਆ ਤੁਸੀਂ ਦੇਖ ਸਕਦੇ ਖੂਬਸੂਰਤ ਨਜ਼ਾਰਾ ਬਾਈ ਸੱਚੀ ਇੱਥੇ ਆਓਗੇ ਨਾ ਫੁੱਲ ਨਜ਼ਾਰੇ ਆ ਬਟ ਇਹ ਆ ਕਿ ਆਇਓ ਹੁਣ ਛੁੱਟੀ ਵਾਲੇ ਦਿਨ ਸੈਚਰਡੇ ਆ ਜਾਇਓ ਸੰਡੇ ਆ ਜਾਇਓ ਇੱਧਰ ਦੇਖੋ ਪੂਰਾ ਫੰਕਸ਼ਨ ਚੱਲਣ ਦਿਆ ਦੇਖੋ ਕਿੰਨੀਆਂ ਸਾਰੀਆਂ ਫੈਮਿਲੀਜ਼ ਆਈਆਂ ਹੋਈਆਂ ਆ ਬੱਚੇ ਵੇਖੋ ਝੂੜੇ ਲੈ ਕੇ ਆਏ ਬੇੜੀਆਂ ਤੋਂ ਇਹ ਜਗ੍ਹਾ ਦਾ ਲੋਕਾਂ ਨੂੰ ਬਹੁਤ ਘੱਟ ਪਤਾ ਸੋ ਇਸ ਲਈ ਆਪਾਂ ਇਹ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹੀ ਕਿ ਹੈ ਨਾ ਲੋਕਾਂ ਨੂੰ ਪਤਾ ਹੋਵੇ ਕਿ ਇੱਥੇ ਵੀ ਕੋਈ ਨਾ ਕੁਝ ਹੈਗਾ ਘੁੰਮਣ ਫਿਰਨ ਵਾਲੀ ਜਗ੍ਹਾ ਹੁਣ ਜਿੱਥੇ ਅਸੀਂ ਖੜ੍ਹੇ ਹਾਂ ਆਹ ਵੇਖੋ ਕਿੰਨਾ ਵਧੀਆ ਲੱਕੜ ਦਾ ਬਣਿਆ ਇੱਥੇ ਖੜ ਕੇ ਆਹ ਕੋਈ ਵੇਖਣਾ ਸਾਰਾ ਕੁਝ ਬਹੁਤ ਹੀ ਨਜ਼ਾਰੇਦਾਰ ਵੇਖੋ ਇੱਥੋਂ ਵਿਊ ਖੂਬਸੂਰਤ ਨਜ਼ਾਰਾ ਕਿਆ ਬਾਤਾਂ ਯਾਰ ਮਨ ਖੁਸ਼ ਹੋ ਗਿਆ ਆਹ ਵੇਖੋ ਜੀ ਖੂਬਸੂਰਤ ਨਜ਼ਾਰਾ ਉੱਥੇ ਵਾੜ ਲੱਗੀ ਆ ਉੱਥੋਂ ਆਪਾਂ ਪਰਾਂ ਨਹੀਂ ਜਾ ਸਕਦੇ ਉਹ ਜਿੱਥੇ ਤਾਰ ਲੱਗੀ ਆ ਇੱਧਰ ਇੱਧਰ ਹੀ ਛੋਟਾ ਜਿਹਾ ਰਸਤਾ ਹੈਗਾ ਮੈਨੂੰ ਲੱਗਦਾ ਜਦੋਂ ਤੱਕ ਆਪਣੀ ਵਾਰੀ ਆਉਣੀ ਆ ਉਦੋਂ ਤੱਕ ਧੁੱਪ ਕਾਫੀ ਹੋ ਜਾਣੀ ਤੇ ਪਸੀਨਾ ਆਉਂਦਾ ਤੇ ਮੈਂ ਤੁਹਾਨੂੰ ਸੁਜੈਸਟ ਕੀਤਾ ਸੀ ਮੈਂ ਕਿਹਾ ਜੀ ਉੱਥੇ ਧੁੱਪ ਹੋਣੀ ਆ ਤੇ ਸਨਸਕ੍ਰੀਨ ਲਾ ਗਿਆ ਜਾਈ ਕਿ ਨਹੀਂ ਤਾਂ ਹੀ ਪਸੀਨਾ ਆਉਂਦਾ ਜਦੋਂ ਕਦੇ ਡਾਕਟਰ ਸਾਹਿਬ ਲਾਈ ਜੋ ਕਿ ਇਹੋ ਜਿਹੀ ਜਗ੍ਹਾ ਤੇ ਆਉਂਦੇ ਜੇ ਧੁੱਪ ਚ ਤੇ ਜ਼ਰੂਰ ਲਾ ਗਿਆ ਕਰੋ ਅੱਗੇ ਵਾਲਿਆਂ ਨੂੰ ਮਿਲ ਗਈਆਂ ਕਿਸ਼ਤੀਆਂ ਕਿਸ਼ਤ ਤੇ ਆਈਆਂ ਉਹਨੇ ਸਾਨੂੰ ਉਹ ਤਿੰਨਾਂ ਵਾਲੀ ਭੇਜੋ ਉਹ ਵਾਲੀ ਤਾਂ ਕਿਦਾਂ ਲੱਤਾਂ ਚੱਲਦੀਆਂ ਕਿ ਨਹੀਂ ਆਹ ਵੀਰ ਨੇ ਤਾਂ ਲੱਤਾਂ ਕਰਦੀਆਂ ਫ੍ਰੀ ਆਪਣੀਆਂ ਉਹ ਉਹਦਾ ਯੂਰ ਲਵਾਉਂਦੇ ਹੁਣ ਉਹ ਤੇ ਜਾਂਦੇ ਹਨ ਇਹਦਾ ਬਾਈ ਜ਼ਿਆਦਾ ਔਖਾ ਕੀ ਗੱਲ ਤੁਰਿਆ ਨੀ ਹੁੰਦਾ ਪੈਂਟ ਛੱਡਤੇ ਵੀਰ ਨੇ ਪਸੀਨੇ ਆਪਾਂ ਪਹਿਲਾਂ ਹੀ ਆਈ ਜਾਂਦਾ ਆਹ ਵੀਰ ਦਾ ਕੰਮ ਸਾਰਾ ਹਨਾ ਇਹ ਬੇੜੀਆਂ ਦੇ ਦੇ ਤੋਰਦਾ ਲੋਕਾਂ ਨੂੰ ਪਰ ਵਧੀਆ ਪਰ ਵੀਡੀਓ ਨੀ ਨਾ ਬਣਦੀ ਬਾਕੀ ਆਲਮੋਸਟ ਸੁਖਣਾ ਲੇਕ ਆ ਨਾ ਵੀ ਜੇ ਨਹੀਂ ਆਪਣੇ ਏਰੀਏ ਦਾ ਜਾ ਸਕਦਾ ਕਿਤੇ ਹਨਾ ਚੰਡੀਗੜ੍ਹ ਕੋਈ ਨਹੀਂ ਜਾ ਸਕਦਾ ਨਾ ਪਿਕਨਿਕ ਸੁਖਨਾ ਲੇਕ ਇੱਥੇ ਬਣ ਸਕਦੀ ਆ ਬਹੁਤ ਵਧੀਆ ਅੱਗੇ ਨੂੰ ਬਹੁਤ ਜਿਹੜੇ ਲੋਕੀ ਉਹਨਾਂ ਦੀ ਗੈਦਰਿੰਗ ਵਧੀ ਆ ਇੱਥੇ ਵੀ ਇਹ ਐਤਵਾਰ ਤੇ ਕਹਿੰਦੇ ਜ਼ਿਆਦਾ ਰਸ਼ ਹੁੰਦਾ ਇੱਦਾਂ ਹੀ ਸ਼ਨੀਵਾਰ ਐਤਵਾਰ ਵੀਕਐਂਡਸ ਬਾਬਾ ਜੀ ਬੈਠੇ ਸਮਾਧੀ ਲਾ ਕੇ ਇਹ ਆਪਾਂ ਨਾ ਕਰ ਆਵਾਜ਼ ਕਰਦੇ ਆ ਇੱਕ ਮਿੰਟ ਰੁਕ ਜਾ ਮੇਰਾ ਜੀਵੜਾ ਕਰਨ ਦਾ ਚਲਾਉਣ ਨੂੰ ਮੈਂ ਨਾ ਅੱਜ ਥੋੜਾ ਜਿਹਾ ਫਰੈਸ਼ ਫਰੈਸ਼ ਕੀਤਾ ਜੇ ਪਿੰਡ ਵਾਲੇ ਸੂਏ ਵੱਲ ਨੂੰ ਹੁਣ ਆਪਾਂ ਚੱਲੀਏ ਕਰੀਏ ਵਾਪਸੀ ਹੋ ਗਏ ਲੱਤਾਂ ਦੀ ਹੋ ਗਈ ਬਸ ਪੰਜ ਸੱਤ ਮਿੰਟ ਦਸ ਮਿੰਟ ਹੋ ਗਿਆ ਆਪਾਂ ਨੂੰ ਘੁੰਮ ਲਿਆ ਇੱਥੇ ਅਤੇ ਹੋਰ ਕੋਈ ਆਪਾਂ ਹੁਣ ਅਦਭੁਤ ਨਜ਼ਾਰਾ ਦੇਖਦੇ ਹਾਂ ਕਿੱਥੋਂ ਦਾ ਅਦਭੁਤ ਕਦੋਂ ਲੋਕੀ ਕਿੰਨੀ ਜ਼ਿਆਦਾ
ਵੰਡਰਫੁਲ ਨਜ਼ਾਰਾ ਕਹਿੰਦੇ ਭਰਾ ਜੀ ਆ बेड़िया तो लाया झूठे पसीनो पसीनी हो गए क्यों पानी तरदा ओहदे करके अपने वीरे कहते की करना है व्लॉग बना कई वीर कराता सबसक्राइब की करी जाता जी और टैलीस्कोप वेखिए आई टैलीस्कोप जो आप बर्ड वेखने बहुत नेड़े बहुत क्लीयर बहुत सोने वेखा दे अपन ये है जी उपर का नज़ारा उपरों वेखन कुछ इदा का आए पिकनिक स्पॉट जिथों तक निगाह आती पानी पानी दिखता पानी कौन है ये लोग कहां से आते आयो सर ग्राम पन्नू रिक्शा अपने ना बैठिया फैमिली बच्चे बैठे छोटे छोटे हेलो करो हेलो की नाम अपना ठंडी ठंडी हवा ये तो वखरा ही नज़ारा तुरके आता ही वखरा मजा तो इतने आता ही वखरा ये है कि उदा आप थक जाने काफ़ी दूर पै जाता काफ़ी लोग आ रहे वीरे डेली इदा हूँ अच्छे संडे करके डेली इदा ही हाँ कहते फरवरी मार्च महीने ज्यादा आना होंगे वैसे वाह सवार बह जाए दस बारह सवार बह जाए आराम ज्यादा ही वैसे पंद्रह तकरीबन सवार बह जाए ई रिक्शा से संग्राम संग्राम पसीनो पसीनी हो ਤੁਸੀਂ ਵੇਖ ਸਕਦੇ ਜੀ ਵੇਖ ਸਕਦੇ ਜੀ ਕਿੰਨੀ ਜ਼ਿਆਦਾ ਸੰਗਤ ਆਈ ਆਪਣੇ ਇੱਥੇ ਬਈ ਹੈ ਨਾ ਕਾਫ਼ੀ ਲੋਕ ਆਏ ਆ ਗੱਡੀਆਂ ਇੱਕੋ ਤੇ ਉੱਥੇ ਵੀ ਤੁਸੀਂ ਵੇਖੇ ਆ ਰਸ਼ ਕਿੰਨਾ ਸਾਰਾ ਰਸ਼ ਕੇ ਆਹ ਕੋਈ ਟੂਰਿਸਟ ਬੱਸ ਵੀ ਆਈ ਆ ਜੀ ਕਿੱਦਾਂ ਹੀ ਲੱਗੀ ਸਾਡੀ ਵੀਡੀਓ ਜਿਨ੍ਹਾਂ ਨੇ ਵੀਰਾਂ ਨੇ ਇੱਥੋਂ ਤੱਕ ਵੀਡੀਓ ਵੇਖ ਲਈ ਆ ਉਹ ਲਾਈਕ ਕਮੈਂਟ ਕੀਤੇ ਬਿਨਾ ਕਿਤੇ ਨਾ ਜਾਇਓ ਅਤੇ ਜਿਨ੍ਹਾਂ ਨੇ ਚੈਨਲ ਵੀ ਸਬਸਕ੍ਰਾਈਬ ਕੀਤਾ ਉਹ ਵੀ ਕਰ ਲਿਓ वैसे मेरा भरा कहता जी आप क्या नहीं करना जिन्होंने चंकी लगती आप लाइक करते कर सबसक्राइब करते कर बट फिर भी साढ़ा बच्ची भाजा कह कि लगी वीडियो कमेंट फिर मिलेंगे यार इदा मिलेंगे इदा की वधिया वीडियो धन्यवाद।